ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ-ਤੁੜਾ ਆਪਣੇ ਚੈਨਲ ਐਮ ਐਸਡਬਲਯੂ ਸਟਡੀ ਫਾਰ ਜੋਬ ਦੇ ਵਿੱਚ ਤੁਸੀਂ ਦੇਖ ਰਹੇ ਹੋ ਐਮ ਐਸਡਬਲਯੂ ਸਟਡੀ ਫਾਰ ਜੋਬ ਔਰ ਗੱਲ ਕਰਾਂਗੇ ਪੰਜਾਬ ਦੇ ਵਿੱਚ ਨਮੀ ਜਿਹੜੀ ਵੈਕੈਂਸੀ ਜਿਸ ਦੀ ਗੱਲ ਬਹੁਤ ਟਾਈਮ ਤੋਂ ਹੋ ਰਹੀ ਸੀ ਉਸ ਦਾ ਅਫੀਸ਼ੀਅਲ ਨੋਟੀਫਿਕੇਸ਼ਨ ਆ ਚੁੱਕਿਆ ਔਰ ਪਟਵਾਰੀਆਂ ਦੀਆਂ ਜਿਹੜੀਆਂ ਅਸਾਮੀਆਂ ਜੋ ਕਿ 1090 ਜਿਹੜੀ ਭਰਤੀ ਕੀਤੀ ਜਾਣੀ ਹੈਗੀ ਆ ਔਰ ਇਸ ਦੀ ਬਾਰੇ ਗੱਲ ਕਰਾਂਗੇ ਔਰ ਕਦੋਂ ਤੱਕ ਜਿਹੜਾ ਮੰਗ ਪੱਤਰ ਜਿਹੜਾ ਮੰਗਿਆ ਜਾਏਗਾ ਠੀਕ ਹੈ ਪੂਰੀ ਜਾਣਕਾਰੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ 9 ਜਨਵਰੀ ਦੇਖ ਸਕਦੇ ਇੱਕ ਤਰੀਕ 2020 ਦੇ ਵਿੱਚ ਜਿਹੜਾ ਨੋਟੀਫਿਕੇਸ਼ਨ ਜਿਹੜਾ ਦਿੱਤਾ ਗਿਆ ਔਰ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ 1090 ਜਿਹੜਾ ਅਸਾਮੀਆਂ ਪਟਵਾਰੀ ਭਰਤੀ ਦੀਆਂ ਮਾਲ ਪਾਕ ਦੇ ਵਿੱਚ ਦੀ ਜਿਨ੍ਹਾਂ ਦੀ ਜਿਹੜੀ ਮਨਜ਼ੂਰੀ ਮਿਲੀ ਹੈਗੀ ਹੈ ਔਰ ਤੁਸੀਂ ਦੇਖ ਸਕਦੇ ਹੋ ਮੰਤਰੀ ਪਛਦ ਨੇ ਮੀਟਿੰਗ ਵਿੱਚ 4 12 2019 ਵਿੱਚ ਮਾਲ ਵਿਭਾਗ ਵਿੱਚ 1090 ਮਾਲ ਪਟਵਾਰੀਆਂ ਦੀਆਂ ਅਸਾਮੀਆਂ ਭਰਨ ਦੀ ਪ੍ਰਵਾਨਗੀ ਹੇਠਾਂ ਲਿਖੇ ਅਨੁਸਾਰ ਦਿੱਤੀ ਗਈ ਹੈ ਠੀਕ ਹੈ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਜਿਹੜਾ ਕੁਝ ਹੋਰ ਅਸਾਮੀਆਂ ਨਾਲ 200 50 ਨਹਿਰੀ ਪਟਵਾਰੀ ਵੀ ਸ਼ਾਮਲ ਕਰਨ ਦੀ ਗੱਲ ਕੀਤੀ ਗਈ ਹੈ ਠੀਕ ਹੈ ਬਿਲਕੁਲ ਅਫੀਸ਼ੀਅਲ ਨੋਟੀਫਿਕੇਸ਼ਨ ਹੈਗਾ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਸਾਈਨ ਜਿਹੜੇ ਅਫੀਸ਼ੀਅਲ ਤੁਹਾਨੂੰ ਦਿਖ ਰਹੇ ਨੇ ਅਦੀਨ ਸਕੱਤਰ ਮਾਲ ਵਿਭਾਗ ਦੇ ਔਰ ਅਦੀਨ ਸਕੱਤਰ ਮਾਲ ਪਾਗ ਦੇ ਤੁਸੀਂ ਦੇਖ ਸਕਦੇ ਹੋ ਔਰ ਉਕਤ ਜਿਹੜਾ ਪ੍ਰਿਸ਼ਦ ਦੇ ਫੈਸਲੇ ਅਨੁਸਾਰ ਮਾਲ ਪਾਗ ਵਿੱਚ ਮਾਲ ਪਟਵਾਰੀਆਂ ਦੀ ਜਿਹੜੀਆਂ 1090 ਸਾਮੀਆਂ ਪੰਨ ਸੰਬੰਧੀ ਇਸ ਵਿਭਾਗ ਦੇ ਪੱਤਰ ਦੇਖ ਸਕਦੇ ਹੋ ਇਹ ਪੱਤਰ ਨੰਬਰ ਹੈਗਾ ਮਿਤੀ 11 12 ਅਤੇ ਪੱਤਰ ਨੰਬਰ ਜਿਹੜਾ ਹੈਗਾ ਮਿਤੀ ਦੀ 12 ਦੌਰ ਹੈ ਉਨੀ ਰਹੀ ਆਪ ਨੂੰ ਪਹਿਲਾਂ ਵੀ ਜਿਹੜਾ ਕਹਿਸ ਨੇ ਇਸ ਤੋਂ ਪਹਿਲਾਂ ਵੀ ਜਿਹੜਾ ਇਹ ਪੱਤਰ ਜਿਹੜਾ ਦਿੱਤਾ ਗਿਆ ਸੀਗਾ ਠੀਕ ਹੈ ਅ ਮੁੱਖ ਮੰਤਰੀ ਤੱਕ ਜਿਹੜਾ ਭੇਜਿਆ ਗਿਆ ਸੀ ਮੰਤਰੀ ਪ੍ਰੀਸ਼ਦ ਤੇ ਜਿਹੜਾ ਭੇਜਿਆ ਗਿਆ ਸੀ ਪਰ ਹੁਣ ਦੁਬਾਰਾ ਤੋਂ ਬਾਅਦ ਇਹ ਜਿਹੜਾ ਇੱਕ ਵਾਰ ਫਿਰ ਇਹ ਪੱਤਰ ਜਿਹੜਾ 9 ਜਨਵਰੀ ਨੂੰ ਜਿਹੜਾ ਦੁਬਾਰਾ ਰਿਲੀਜ਼ ਕੀਤਾ ਗਿਆ ਔਰ ਮੰਤਰੀ ਪ੍ਰੀਸ਼ਦ ਕੋਲ ਭੇਜਿਆ ਗਿਆ ਠੀਕ ਹੈ ਔਰ ਇਸਾਮੀਆਂ ਦੀ ਜਿਹੜੀ ਮੰਗ ਕੀਤੀ ਕਿ ਜਲਦੀ ਜਿਹੜਾ ਇਸਾਮੀਆਂ ਲਈ ਜਿਹੜਾ ਮੰਗ ਪੱਤਰ ਕੈਂਡੀਡੇਟਾਂ ਤੱਕ ਭੇਜਿਆ ਜਾਵੇ ਔਰ ਜਿਸ ਦੇ ਵਿੱਚ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏਗਾ ਉਸ ਦੇ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕੇ ਜਨਨ ਦੇ ਲਈ ਕਿੰਨੀਆਂ ਸਾਮੀਆਂ ਹਨ ਅਨੁਸੂਚਿਤ ਜਾਤੀਆਂ ਲਈ ਕਿੰਨੀਆਂ ਹੋਣਗੀਆਂ ਔਰ ਪਛੜੀ ਸਨਰ ਲਈ ਕਿੰਨੇ ਹੋਣਗੀਆਂ ਔਰ ਬਸ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜਾ ਨੋਟੀਫਿਕੇਸ਼ਨ ਏ ਆ ਜਾਏਗਾ ਤੁਸੀਂ ਅਪਲਾਈ ਕਿਸ ਤਰ੍ਹਾਂ ਕਰਨਾ ਹੋਏਗਾ ਔਰ ਤੁਹਾਡਾ एलिजिਬਿਲਟੀ ਕ੍ਰਾਈਟੇਰੀਆ ਕੀ ਹੋਏਗਾ ਔਰ ਕਿਸ ਕੈਟਾਗਰੀ ਲਈ ਕਿੰਨੀ ਵੈਕੈਂਸੀ ਹੋਏਗੀ ਔਰ ਜਲਦੀ ਹੀ ਜਿਹੜਾ ਅਫੀਸ਼ੀਅਲ ਨੋਟੀਫਿਕੇਸ਼ਨ ਵੈਬਸਾਈਟ ਤੇ ਆ ਜਾਏਗਾ ਔਰ ਇਹ ਵੀ ਕਫੀਸ਼ੀਅਲ ਨੋਟੀਫਿਕੇਸ਼ਨ ਹੀ ਹੈਗਾ ਔਰ ਜਿਸ ਦੇ ਵਿੱਚ ਪੂਰੀ ਜਾਣਕਾਰੀ ਦਿੱਤੀ ਗਈ ਹੈ ਜੋ ਕਿ ਮੰਤਰੀ ਪਰਿਸ਼ਦ ਨੂੰ ਮਾਲ ਵਿਭਾਗ ਵੱਲੋਂ ਭੇਜ ਦਿੱਤਾ ਗਿਆ ਕਿ ਸਾਨੂੰ ਅਸਾਮੀਆਂ ਦੇ ਲਈ ਜਿਹੜਾ ਮਨਜ਼ੂਰੀ ਦਿੱਤੀ ਹੈ ਤਾਂ ਕਿ ਅਸੀਂ ਮੰਗ ਪੱਤਰ ਕੈਂਡੀਡੇਟਾਂ ਤੋਂ ਮੰਗ ਸਕੀਏ ਠੀਕ ਹੈ ਜੀ ਆਸਾਂਗੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਕਰੋ ਔਰ ਇਸ ਤਰ੍ਹਾਂ ਨੋਟੀ ਤੁਹਾਨੂੰ ਦੇਖਣਾ ਲੋੜੀ ਦੀ ਸੂਚਨਾ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਇਸ ਦਫ਼ਤਰ ਵਿੱਚ ਭੇਜਣੀ ਯਕੀਨੀ ਬढ़ाई ਜਾਵੇ ਠੀਕ ਹੈ ਔਰ ਇੱਕ ਹਫਤੇ ਦੇ ਅੰਦਰ ਅੰਦਰ ਜਿਹੜਾ ਇਹ ਫਾਈਨਲ ਹੋ ਜਾਏਗਾ ਠੀਕ ਹੈ ਵੀ ਅਸਾਮੀਆਂ ਕੱਲ ਤੋਂ ਜਿਹੜਾ ਅਪਲਾਈ ਹੋਣ ਲੱਗ ਜਾਣਗੀਆਂ ਠੀਕ ਹੈ ਜੀ ਆਸਾਂਗੇ ਵੀਡੀਓ ਬਧੇ ਲੱਗਦਾ ਪਲੀਜ਼ ਲਾਈਕ ਸ਼ੇਅਰ ਜਰੂਰ ਕਰੋ ਮਿਲਦੇ ਹਾਂ ਕੋਹੋਨਾ ਵੀਡੀਓ ਤੇ ਥੈਂਕ ਯੂ ਸੂਚ ਮੇ ਟੇਕ ਕੇਅਰ ਬਾਏ ਬਾਏ